ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰ ਵਿੱਚ 5 ਸਟਾਰ ਹੋਟਲ ਵਾਲਾ ਗਾਰਲਿਕ ਬ੍ਰੈਡ ਸੈਂਡਵਿਚ ਬਣਾਉਣ ਲਈ ਸਾਨੂੰ ਚਾਹੀਦਾ ਹੈ ਗਾਰਲਿਕ ਭਾਵ ਲਸਣ ਮੱਖਣ ਅਤੇ ਬ੍ਰੈਡ। ਸਭ ਤੋਂ ਪਹਿਲਾਂ ਅਸੀਂ ਬ੍ਰੈਡ ਗਰਮ ਕਰ ਲਵਾਂਗੇ ਸਿੰਪਲ, ਜਿਵੇਂ ਅਸੀਂ ਘਰ ਦੇ ਵਿੱਚ ਤਵੇ ਉੱਪਰ ਫੁਲਕਾ ਬਣਾਉਂਦੇ ਹਾਂ ਉਸੇ ਤਰ੍ਹਾਂ ਤਵੇ ਉੱਪਰ ਰੱਖ ਕੇ ਬ੍ਰੈਡ ਗਰਮ ਕਰ ਲੈਣਾ। ਉਸ ਤੋਂ ਬਾਅਦ ਦੇ ਵਿੱਚ ਲਸਣ ਜਿਹੜਾ ਅਸੀਂ ਰੱਖਿਆ ਉਸਨੂੰ ਬਰੀਕ ਬਰੀਕ ਕੱਟ ਲਵਾਂਗੇ। ਇਸ ਤਰ੍ਹਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਬਰੀਕ, ਬਹੁਤ ਜ਼ਿਆਦਾ ਬਰੀਕ ਕੱਟ ਲਵਾਂਗੇ। ਜਿਹੜਾ ਅਸੀਂ ਕੱਟਿਆ ਉਹਨੂੰ ਅਸੀਂ ਦੁਬਾਰਾ ਫਿਰ ਚੰਗੀ ਤਰ੍ਹਾਂ ਇਕੱਠਾ ਕਰਕੇ ਕੱਟ ਲੈਂਦੇ ਹਾਂ। ਅਤੇ ਅਸੀਂ ਇੱਥੇ ਇੱਕ ਟੁਕੜਾ ਅਦਰਕ ਦਾ ਵੀ ਲਿਆ, ਅਦਰਕ ਨੂੰ ਵੀ ਬਿਲਕੁਲ ਬਰੀਕ ਬਰੀਕ ਕੱਟ ਲੈਣਾ। ਇਸ ਤਰ੍ਹਾਂ ਇਹ ਮਿਕਸਚਰ ਜਿਹੜਾ ਹੈਗਾ ਤਿਆਰ ਹੋ ਜਾਂਦਾ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਇਸ ਤਰ੍ਹਾਂ ਇਸਨੂੰ ਪੂਰਾ ਚੰਗੀ ਤਰ੍ਹਾਂ ਬਰੀਕ ਬਰੀਕ ਕਰ ਲੈਣਾ। ਉਸ ਤੋਂ ਬਾਅਦ ਦੇ ਵਿੱਚ ਅਸੀਂ ਮੱਖਣ ਲਵਾਂਗੇ। ਮੱਖਣ ਨੂੰ ਵੀ ਅਸੀਂ ਬਰੀਕ ਬਰੀਕ ਸਲਾਈਸਿਸ, ਬਰੀਕ ਬਰੀਕ ਪੀਸ ਜਿਹੜੇ ਹੈਗੇ ਨੇ ਉਹਦੇ ਕੱਟ ਲਵਾਂਗੇ। ਇਸ ਤਰ੍ਹਾਂ ਮੱਖਣ ਦੇ ਬਰੀਕ ਬਰੀਕ ਪੀਸ ਕੱਟਣ ਤੋਂ ਬਾਅਦ ਦੇ ਵਿੱਚ ਉਸਨੂੰ ਇੱਕ ਬ੍ਰੈਡ ਦੇ ਉੱਪਰ ਰੱਖਾਂਗੇ। ਫਿਰ ਅਸੀਂ ਨਾਲ ਹੀ ਕੱਟਿਆ ਹੋਇਆ ਬਰੀਕ ਕਰਕੇ ਕੱਟ ਕੇ ਰੱਖਿਆ ਹੋਇਆ ਮਿਕਸਚਰ ਹੈ ਜਿਹੜਾ ਸਾਡਾ ਉਹ ਰੱਖ ਲਵਾਂਗੇ। ਇਸ ਤਰ੍ਹਾਂ ਸਾਡਾ ਸੈਂਡਵਿਚ ਜਿਹੜਾ ਬਣ ਕੇ ਤਕਰੀਬਨ ਤਿਆਰ ਹੋ ਜਾਂਦਾ ਹੈ। ਫਿਰ ਅਸੀਂ ਇਸਨੂੰ 1 ਮਿੰਟ ਲਈ ਗਰਮ ਤਵੇ ਉੱਪਰ ਰੱਖਾਂਗੇ। ਜਿਵੇਂ ਹੀ ਗਰਮ ਤਵੇ 'ਤੇ ਰੱਖਣ ਤੋਂ ਬਾਅਦ ਦੇ ਵਿੱਚ ਜਿਹੜਾ ਮੱਖਣ ਹੈ ਉਹ ਪਿਘਲਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡਾ ਜਿਹੜਾ ਸੈਂਡਵਿਚ ਬਣ ਕੇ ਤਿਆਰ ਹੋ ਜਾਂਦਾ ਹੈ। ਬਿਲਕੁਲ ਇਸਦਾ ਟੇਸਟ 5 ਸਟਾਰ ਹੋਟਲ ਦੇ ਵਿੱਚ ਅਸੀਂ ਜਿਵੇਂ ਦਾ ਗਾਰਲਿਕ ਸੈਂਡਵਿਚ ਲੈ ਕੇ ਖਾਂਦੇ ਹਾਂ ਉਸ ਤਰ੍ਹਾਂ ਦਾ ਟੇਸਟ ਹੁੰਦਾ ਹੈ। ਹੁਣ ਜਦੋਂ ਇਹ ਗਰਮ ਹੋ ਜਾਂਦਾ ਤਾਂ ਅਸੀਂ ਨੇ ਇੱਕ ਹੋਰ ਬ੍ਰੈਡ ਪੀਸ ਲੈਣਾ ਅਤੇ ਉਸਦੇ ਉੱਪਰ ਰੱਖ ਦੇਣਾ। ਇਸ ਤਰ੍ਹਾਂ ਹੀ ਸਾਡਾ ਜਿਹੜਾ ਗਾਰਲਿਕ ਸੈਂਡਵਿਚ ਬਣ ਕੇ ਤਿਆਰ ਹੋ ਗਿਆ।